ਮੰਨ ਲਓ ਵੀ ਕੋਈ ਗ੍ਰੰਥੀ ਸਿੰਘ ਦਾ ਜੀਵਨ ਨਹੀਂ ਹੈ ਜਾਂ ਕੋਈ ਉੱਥੇ ਨਸ਼ਾ ਕਰਕੇ ਜਾ ਰਿਹਾ ਵਾ ਜਾਂ ਕੋਈ ਉੱਥੇ ਚੌਂਕੀ ਲੱਗਦੀ ਹੈ, ਕੋਈ ਵੀ ਕੰਮ ਜਿਹੜਾ ਗੁਰਮਰਿਆਦਾ ਦੇ ਉਲਟ ਹੋ ਰਿਹਾ ਵਾ, ਜੇ ਕੋਈ ਉਹਦੀ ਇਨਫੋਰਮੇਸ਼ਨ ਨਿਹੰਗ ਜਥੇਬੰਦੀਆਂ ਨੂੰ ਜਾਂ ਕੋਈ ਕਿਸੇ ਵੀ ਜਥੇਬੰਦੀ ਨੂੰ ਦਿੰਦਾ ਆ, ਉਹ ਵੀ ਡਾਊਟ ਹੀ ਆ, ਠੀਕ ਆ। ਪਰ ਗੱਲ ਕੀ ਆ ਵੀ ਉਹ ਧਰਮ ਦੇ ਆਧਾਰ ਚ ਆ ਕੇ ਉਹ ਸੱਚਾ ਹੋ ਜਾਂਦਾ ਵਾ, ਦੂਜੇ ਪਾਸੇ ਕਾਨੂੰਨ ਦੇ ਦਾਇਰੇ ਚ ਆ ਕੇ ਉਹਨੂੰ ਗਲਤ ਸਮਝਿਆ ਜਾਂਦਾ। ਕਿਸੇ ਦੀ ਇਨਫੋਰਮੇਸ਼ਨ ਦੂਜੇ ਪਾਸੇ ਦੇਣੀ ਉਹਨੂੰ ਡਾਊਟ ਹੀ ਕਿਹਾ ਜਾਂਦਾ। ਮੈਂ ਨੀ ਇਸ ਚੀਜ਼ ਨੂੰ ਗਲਤ ਮੰਨਦਾ, ਡਾਊਟ ਜੋ ਵੀ ਜਿਹੜੇ ਇਸ ਪੁਲਿਸ ਵਾਲਿਆਂ ਲਈ ਕੰਮ ਕਰਦੇ ਆ। ਹੁਣ ਇੱਕ ਉਦਾਹਰਣ ਮੈਂ ਤੁਹਾਨੂੰ ਹੋਰ ਦਿੰਦਾ। ਮੰਨ ਲਓ ਕੱਲ ਨੂੰ ਖਾਲਿਸਤਾਨ ਬਣ ਜਾਂਦਾ, ਫੋਰ ਐਗਜ਼ਾਮਪਲ, ਠੀਕ ਹੈ ਵੀ ਖਾਲਿਸਤਾਨ ਬਣ ਜਾਂਦਾ, ਕੀ ਸਾਡੀ ਜਿਹੜੀ ਪੁਲਿਸ ਹੋਊਗੀ, ਖਾਲਿਸਤਾਨ ਦੀ ਪੁਲਿਸ ਹੋਊਗੀ, ਉਹਨਾਂ ਦੇ ਟਾਊਟ ਨਹੀਂ ਹੋਣਗੇ ਪਿੰਡਾਂ ਦੇ ਵਿੱਚ? ਅੱਜ ਗੱਲ ਕਰਨੀ ਆਪਾਂ ਟਾਊਟਾਂ ਤੇ, ਹੈਨਾ। ਪੰਜਾਬ ਦੇ ਵਿੱਚ ਜਾਂ ਇੰਡੀਆ ਚ ਆਪਾਂ ਕਹਿ ਲਈਏ ਵੀ ਜਿਹੜੇ ਟਾਊਟ ਜਿਹੜਾ ਸ਼ਬਦ ਵਰਤਿਆ ਜਾਂਦਾ ਉਹਨਾਂ ਨੂੰ ਮਾੜਾ ਸਮਝਿਆ ਜਾਂਦਾ। ਅਸਲ ਦੇ ਵਿੱਚ ਜਿਹੜੇ ਟਾਊਟ ਹੁੰਦੇ ਆ ਸਰਕਾਰ ਦੇ ਕਹਿ ਲਈਏ ਜਾਂ ਪੁਲਿਸ ਦੇ ਕਹਿ ਲਈਏ, ਉਹ ਮਾੜੇ ਨਹੀਂ ਹੁੰਦੇ, ਚੰਗੇ ਹੁੰਦੇ ਆ। ਹੁਣ ਮੈਂ ਤਾਂ ਇੱਥੇ ਵਿਦੇਸ਼ ਦੇ ਵਿੱਚ ਰਹਿੰਦਾ, ਹਨਾ, ਕਿਸੇ ਵੀ ਵਿਦੇਸ਼ ਦੇ ਵਿੱਚ ਜਿੰਨੀ ਆਪਾਂ ਗੱਲ ਕਰਦੇ ਆ ਵੀ ਉੱਥੇ ਕਾਨੂੰਨ ਦੀ ਪਾਲਣਾ ਜ਼ਿਆਦਾ ਕੀਤੀ ਜਾਂਦੀ ਆ, ਰੂਲ ਰੈਗੂਲੇਸ਼ਨ ਜ਼ਿਆਦਾ ਰੱਖੀ ਜਾਂਦੀ ਆ, ਤੇ ਉਹ ਦੇਸ਼ ਸੋਹਣੇ ਆ। ਉਹਦਾ ਕਾਰਨ ਇਹ ਆ ਵੀ ਹਰੇਕ ਨੂੰ ਚਲੋ ਆਜ਼ਾਦੀ ਹੈ ਇੱਥੇ ਆਪਣੀ ਗੱਲ ਕਰਨ ਦੀ, ਆਪਣੀ ਜ਼ਿੰਦਗੀ ਜੀਣ ਦੀ। ਵੀ ਇੱਥੇ ਹਰੇਕ ਹੀ ਤਕਰੀਬਨ ਜਿਹਨੂੰ ਆਪਾਂ ਇੰਡੀਆ ਦੇ ਵਿੱਚ ਟਾਊਟ ਕਹਿੰਦੇ ਹਾਂ, ਹਰੇਕ ਬੰਦਾ ਹੀ ਟਾਊਟ ਆ। ਕਾਰਨ ਕੀ ਆ ਵੀ ਜੇ ਤੁਸੀਂ ਟਾਊਟ ਉਹਨੂੰ ਸਮਝਿਆ ਜਾਂਦਾ ਇੰਡੀਆ ਦੇ ਵਿੱਚ ਵੀ ਜਿਹੜਾ ਪੁੱਠੇ ਕੰਮ ਕਰਦਾ, ਗੈਰ ਕਾਨੂੰਨੀ ਕੰਮ ਕਰਦਾ ਆ, ਤੇ ਉਹਦੀ ਇਨਫੋਰਮੇਸ਼ਨ ਜਿਹੜੀ ਪੁਲਿਸ ਨੂੰ ਕੋਈ ਦਿੰਦਾ ਆ ਵੀ ਭਾਈ ਵੀ ਆਹ ਬੰਦੇ ਜਿਹੜੇ ਹੈਗੇ ਆ ਗਲਤ ਗਤੀਵਿਧੀਆਂ ਕਰ ਰਹੇ ਆ, ਮੰਨ ਲਓ ਕਿਸੇ ਕੋਲ 2 ਨੰਬਰ ਦੇ ਹਥਿਆਰ ਹੋਣ ਜਾਂ ਕੋਈ ਸ਼ਰਾਬ ਕੱਢਦਾ ਹੋਵੇ ਜਾਂ ਕੋਈ ਕਿਸੇ ਦਾ ਵੀ ਕੋਈ ਭਾਵੇਂ ਕੋਈ ਪਰਿਵਾਰਕ ਝਗੜਾ ਵੀ ਹੋਵੇ, ਕੋਈ ਆਪਣੀ ਘਰ ਵਾਲੀ ਨੂੰ ਕੁੱਟਮਾਰ ਕਰਦਾ ਹੋਵੇ ਜਾਂ ਕੋਈ ਨਸ਼ਾ ਵੇਚਦਾ ਹੋਵੇ, ਉਹਦੀ ਇਨਫੋਰਮੇਸ਼ਨ ਸਰਕਾਰ ਨੂੰ ਉਹਨੂੰ ਦੇਣੀ, ਪੁਲਿਸ ਨੂੰ ਦੇਣੀ, ਉਹਨੂੰ ਟਾਊਟ ਕਿਹਾ ਜਾਂਦਾ। ਉਹ ਬਹੁਤ ਵਧੀਆ ਬੰਦੇ ਹੁੰਦੇ ਆ ਟਾਊਟ ਜਿਹੜੇ ਹੁੰਦੇ ਆ ਵੀ ਜਿਹੜੇ ਕਾਨੂੰਨ ਦੀ ਉਲੰਘਣਾ ਕਰਦੇ ਆ ਉਹਨਾਂ ਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੰਦੇ ਆ। ਸਾਡੇ ਤਾਂ ਇੱਥੇ ਹਰੇਕ ਬੰਦਾ ਹੀ ਘਰ ਘਰ ਜਿਹੜਾ ਹੈਗਾ ਟਾਊਟ ਆ ਭਾਈ, ਤੇ ਇਹਨਾਂ ਦਾ ਕਰਕੇ ਹੀ ਜਿਹੜਾ ਦੇਸ਼ ਆ ਉਹ ਸੋਹਣਾ ਆ। ਹੁਣ ਆਪਾਂ ਗੱਲ ਕਰ ਲਈਏ ਧਰਮ ਦੀ ਮਰਿਆਦਾ ਦੀ। ਹੁਣ ਮੰਨ ਲਓ ਉਹ ਬੰਦੇ ਹੈਗੇ ਟਾਊਟ ਸਰਕਾਰ ਦੇ, ਉਹ ਮਾੜੇ ਆ, ਜਿਹੜੇ ਬੰਦੇ ਕਾਨੂੰਨ ਦੀ ਉਲੰਘਣਾ ਕਰਦੇ ਆ ਤੇ ਪੁਲਿਸ ਨੂੰ ਇਨਫੋਰਮੇਸ਼ਨ ਉਹਨਾਂ ਦੀ ਦਿੰਦੇ ਆ ਨਾ ਵੀ ਆਹ ਬੰਦੇ ਜਿਹੜੇ ਹੈਗੇ ਠੀਕ ਨਹੀਂ ਹੈਗੇ, ਉਹਨਾਂ ਦੀ ਇਨਫੋਰਮੇਸ਼ਨ ਕੋਈ ਸਰਕਾਰ ਨੂੰ ਦੇਵੇ, ਉਹ ਟਾਊਟ ਹੋ ਗਿਆ, ਮਾੜਾ ਹੋ ਗਿਆ। ਪਰ ਇੱਕ ਗੁਰਦੁਆਰਾ ਆ, ਹਨਾ, ਜਾਂ ਕੋਈ ਹੋਰ ਕੋਈ ਆਪਾਂ ਕਹਿ ਲਈਏ ਵੀ ਕੋਈ ਧਾਰਮਿਕ ਮੰਨ ਲਓ ਜਿਹੜਾ ਹੈਗਾ ਸਾਡੀ ਕੋਈ ਸੰਸਥਾ ਆ, ਉਹਦੇ ਵਿੱਚ ਕੁਛ ਗਲਤ ਹੋ ਰਿਹਾ, ਮਰਿਆਦਾ ਦੇ ਉਲਟ ਕੋਈ ਚੀਜ਼ ਹੋ ਰਹੀ ਆ, ਮੰਨ ਲਓ ਵੀ ਕੋਈ ਗ੍ਰੰਥੀ ਸਿੰਘ ਦਾ ਜੀਵਨ ਨਹੀਂ ਹੈ ਜਾਂ ਕੋਈ ਉੱਥੇ ਨਸ਼ਾ ਕਰਕੇ ਜਾ ਰਿਹਾ ਵਾ ਜਾਂ ਕੋਈ ਉੱਥੇ ਚੌਂਕੀ ਲੱਗਦੀ ਹੈ, ਕੋਈ ਵੀ ਕੰਮ ਜਿਹੜਾ ਗੁਰਮਰਿਆਦਾ ਦੇ ਉਲਟ ਹੋ ਰਿਹਾ ਵਾ, ਜੇ ਕੋਈ ਉਹਦੀ ਇਨਫੋਰਮੇਸ਼ਨ ਨਿਹੰਗ ਜਥੇਬੰਦੀਆਂ ਨੂੰ ਜਾਂ ਕੋਈ ਕਿਸੇ ਵੀ ਜਥੇਬੰਦੀ ਨੂੰ ਦਿੰਦਾ ਆ, ਉਹ ਵੀ ਡਾਊਟ ਹੀ ਆ, ਠੀਕ ਆ। ਪਰ ਗੱਲ ਕੀ ਆ ਵੀ ਉਹ ਧਰਮ ਦੇ ਆਧਾਰ ਚ ਆ ਕੇ ਉਹ ਸੱਚਾ ਹੋ ਜਾਂਦਾ ਵਾ, ਦੂਜੇ ਪਾਸੇ ਕਾਨੂੰਨ ਦੇ ਦਾਇਰੇ ਚ ਆ ਕੇ ਉਹਨੂੰ ਗਲਤ ਸਮਝਿਆ ਜਾਂਦਾ। ਕਿਸੇ ਦੀ ਇਨਫੋਰਮੇਸ਼ਨ ਦੂਜੇ ਪਾਸੇ ਦੇਣੀ ਉਹਨੂੰ ਡਾਊਟ ਹੀ ਕਿਹਾ ਜਾਂਦਾ। ਮੈਂ ਨੀ ਇਸ ਚੀਜ਼ ਨੂੰ ਗਲਤ ਮੰਨਦਾ, ਡਾਊਟ ਜੋ ਵੀ ਜਿਹੜੇ ਇਸ ਪੁਲਿਸ ਵਾਲਿਆਂ ਲਈ ਕੰਮ ਕਰਦੇ ਆ। ਹੁਣ ਇੱਕ ਉਦਾਹਰਣ ਮੈਂ ਤੁਹਾਨੂੰ ਹੋਰ ਦਿੰਦਾ। ਮੰਨ ਲਓ ਕੱਲ ਨੂੰ ਖਾਲਿਸਤਾਨ ਬਣ ਜਾਂਦਾ, ਫੋਰ ਐਗਜ਼ਾਮਪਲ, ਠੀਕ ਹੈ ਵੀ ਖਾਲਿਸਤਾਨ ਬਣ ਜਾਂਦਾ,
ਕੀ ਸਾਡੀ ਜਿਹੜੀ ਪੁਲਿਸ ਹੋਊਗੀ, ਖਾਲਿਸਤਾਨ ਦੀ ਪੁਲਿਸ ਹੋਊਗੀ, ਉਹਨਾਂ ਦੇ ਟਾਊਟ ਨਹੀਂ ਹੋਣਗੇ ਪਿੰਡਾਂ ਦੇ ਵਿੱਚ, ਵੀ ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਜਾਊਗੀ ਭਾਈ ਵੀ ਜੀ ਕੋਈ ਬੰਦਾ ਗਲਤ ਕੰਮ ਕਰਦਾ ਗੈਰ ਕਾਨੂੰਨੀ, ਜਾਂ ਅਸੀਂ ਕਹਿੰਦੇ ਹਾਂ ਵੀ ਸਰਕਾਰ ਦੇ ਏਜੰਟ ਏਜੰਸੀਆਂ ਦੇ ਬੰਦੇ, ਕੀ ਕੱਲ ਨੂੰ ਖਾਲਿਸਤਾਨ ਬਣ ਜਾਂਦਾ ਆ ਸਾਡੀਆਂ ਏਜੰਸੀਆਂ ਦੇ ਬੰਦੇ ਦੂਜੇ ਦੇਸ਼ਾਂ ਦੇ ਵਿੱਚ ਜਸੂਸੀ ਨਹੀਂ ਕਰਨਗੇ, ਹੈ ਉਹ ਜਿਹੜੇ ਹੈਗੇ ਆ ਟਾਊਟ ਨਹੀਂ ਕਰਨਗੇ, ਟਾਊਟ ਟਾਊਟੀ ਨਹੀਂ ਕਰਨਗੇ? ਦੱਸੋ ਤੁਸੀਂ, ਵੱਡੇ ਪੱਧਰ ਦੇ ਪੱਧਰ ਦੀ ਗੱਲ ਕਰਿਆ ਕਰੋ। ਜੇ ਸਾਡੀ ਸਰਕਾਰ ਆਉਂਦੀ ਆ, ਮਤਲਬ ਚਾਹੇ ਸਾਡੀ ਸਰਕਾਰ ਆ ਜਾਵੇ ਸਿੱਖਾਂ ਦੀ, ਚਾਹੇ ਸਾਡਾ ਦੇਸ਼ ਬਣ ਜਾਵੇ, ਸਾਡੇ ਵੀ ਟਾਊਟ ਹੋਣਗੇ, ਠੀਕ ਹੈ? ਟਾਊਟ ਕੋਈ ਮਾੜਾ ਨਹੀਂ ਹੁੰਦਾ। ਤੁਸੀਂ ਪੁੱਠੇ ਕੰਮ ਛੱਡ ਦਿਓ, ਗੈਰ ਕਾਨੂੰਨੀ ਕੰਮ ਛੱਡ ਦਿਓ, ਤੁਹਾਨੂੰ ਟਾਊਟਾਂ ਤੋਂ ਕੀ ਖਤਰਾ? ਜਦੋਂ ਹੁਣ ਤੁਸੀਂ ਕੰਮ ਹੀ ਪੁੱਠੇ ਕਰਨੇ ਆ, ਕਿਸੇ ਨੇ 2 ਨੰਬਰ ਦੇ ਹਥਿਆਰ ਰੱਖਣੇ ਆ, ਜਾਂ ਕਿਸੇ ਨੇ ਨਸ਼ਾ ਵੇਚਣਾ ਵਾ, ਜਾਂ ਕਿਸੇ ਨੇ ਹੋਰ ਕੋਈ ਵੀ ਗਲਤ ਗਤੀਵਿਧੀਆਂ ਕਰਨੀਆਂ ਆ, ਤਾਂ ਫਿਰ ਤੁਹਾਨੂੰ ਟਾਊਟਾਂ ਤੋਂ ਖਤਰਾ ਹੋਣਾ ਹੀ ਆ। ਹੁਣ ਵਿਦੇਸ਼ਾਂ ਦੇ ਵਿੱਚ ਜਿਹੜੇ ਏਜੰਸੀਆਂ ਦੀ ਆਪਾਂ ਗੱਲ ਕਰਦੇ, ਉਹਨਾਂ ਨੇ ਆਪਣੇ ਬੰਦੇ ਛੱਡੇ ਹੁੰਦੇ ਉਹਨਾਂ ਦੀ ਜਸੂਸੀ ਦੇ ਲਈ, ਵੀ ਉੱਥੇ ਕੀ ਹੋ ਰਿਹਾ। ਮੰਨ ਲਓ ਹੁਣ ਅਮਰੀਕਾ ਵਾ, ਅਮਰੀਕਾ ਦੇ ਵਿੱਚ ਇੰਡੀਅਨ ਜਿਹੜੀ ਹੈਗੀ ਆ ਗੌਰਮੈਂਟ, ਉਹਦੇ ਬੰਦੇ ਇੱਥੇ ਛੱਡੇ ਹੋਣਗੇ, ਹਨਾ, ਵੀ ਅਮਰੀਕਾ ਦੇ ਵਿੱਚ ਵੀ ਦੇਖੋ ਵੀ ਅਮਰੀਕਾ ਵਾਲੇ ਕੀ ਕਰ ਰਿਹਾ, ਕੋਈ ਗਲਤ ਗਤੀਵਿਧੀ ਤਾਂ ਨਹੀਂ ਕਰ ਰਿਹਾ, ਕੋਈ ਸਾਡੇ ਤੇ ਉਲਟ ਤਾਂ ਨਹੀਂ ਕੋਈ ਚੀਜ਼ ਕਰ ਰਿਹਾ। ਏਦਾਂ ਹੀ ਅਮਰੀਕਾ ਵਾਲਿਆਂ ਨੇ ਵੀ ਇੰਡੀਆ ਜਿਹੜੇ ਹੈਗੇ ਬੰਦੇ ਛੱਡੇ ਹੋਊਗੇ ਆਪਣੀ ਜਸੂਸੀ ਲਈ, ਵੀ ਕੋਈ ਇੰਡੀਆ ਕੁਛ ਸਾਡੇ ਲਈ ਤਾਂ ਨਹੀਂ ਕਰ ਰਿਹਾ। ਜਿਹੜੀਆਂ ਗਲਤ ਚੀਜ਼ਾਂ ਹੋਣੀਆਂ, ਠੀਕ ਹੈ, ਉਹਦੀ ਚੀਜ਼ ਦੀ ਜਸੂਸੀ ਹੁੰਦੀ ਆ, ਨਾ ਤੁਸੀਂ ਪੁੱਠੇ ਕੰਮ ਕਰੋ, ਨਾ ਏਦਾਂ ਦੇ ਜਿਹੜੇ ਹੈਗੇ ਆ ਜਿਹੜਾ ਟਾਊਟ ਆ ਉਹ ਪੈਦਾ ਹੋਣ, ਠੀਕ ਹੈ, ਨਾ ਜਿਹੜਾ ਕੋਈ ਗਲਤ, ਕੋਈ ਵੀ ਇਨਸਾਨ ਹੈ ਜਦੋਂ ਗਲਤੀਆਂ ਕਰਦਾ ਹੈ ਉਸ ਤੋਂ ਬਾਅਦ ਕਾਨੂੰਨ ਵੀ ਬਣਨੇ ਸ਼ੁਰੂ ਹੁੰਦੇ ਆ। ਸਾਡੇ ਇੱਥੇ ਵੀ ਆ, ਆਪਣੇ ਇੰਡੀਆ ਦੇ ਵਿੱਚ ਵੀ ਆ, ਜਿੱਦਾਂ ਜਿੱਦਾਂ ਲੋਕ ਗਲਤੀਆਂ ਕਰਨੀਆਂ ਵੱਧਦੇ ਆ, ਉਦਾਂ ਉਦਾਂ ਨਵਾਂ ਨਵਾਂ ਕਾਨੂੰਨ ਸਰਕਾਰ ਨੂੰ ਲੈ ਕੇ ਆਉਣਾ ਪੈਂਦਾ। ਜੇ ਤੁਸੀਂ ਸਿਆਣੇ ਬਣ ਜਾਓ, ਮੂਰਖੋ, ਅਕਲ ਲਵੋ, ਕੋਈ ਕਾਨੂੰਨ ਦੇ ਦਾਇਰੇ ਵਿੱਚ ਰਹੋ, ਠੀਕ ਆ, ਦੋਨੇ ਚੀਜ਼ਾਂ ਦੀ ਮੈਂ ਇਕੱਠੀ ਗੱਲ ਕਰਦਾ ਹੁੰਦਾ ਵਾਂ। ਜੇ ਕਾਨੂੰਨ ਆ, ਠੀਕ ਆ, ਕਾਨੂੰਨ ਨੂੰ ਵੀ ਫੋਲੋ ਕਰਨਾ ਚਾਹੀਦਾ, ਫਿਰ ਦੇਸ਼ ਸੋਹਣਾ ਬਣੂਗਾ। ਤੇ ਜਿਹੜੇ ਵੀ ਚਾਹੇ ਕੋਈ ਸਾਡੇ ਗੁਰਦੁਆਰੇ ਆ, ਸਾਡੀਆਂ ਧਾਰਮਿਕ ਜਥੇਬੰਦੀਆਂ ਵਾਂ, ਜੇ ਉਹ ਮਰਿਆਦਾ ਨੂੰ ਫੋਲੋ ਕਰਨਗੀਆਂ ਤੇ ਅਸੀਂ ਆਪਣੇ ਆਪ ਨੂੰ ਸੋਹਣਾ ਬਣਾਵਾਂਗੇ। ਸੰਸਾਰ ਨੂੰ ਜਿਹੜਾ ਬੰਦਾ ਕੋਈ ਧਰਮ ਦੇ ਵਿੱਚ ਨਹੀਂ ਵੀ ਹੈਗਾ, ਮੰਨ ਲਓ ਕਿ ਸਿੱਖ ਨਹੀਂ ਵੀ ਹੈਗਾ, ਕਾਨੂੰਨ ਉਹਨੂੰ ਫੋਲੋ ਕਰਨਾ ਪੈਣਾ, ਠੀਕ ਹੈ, ਉਹਦੇ ਅੰਦਰ ਰਹਿਣਾ ਪੈਣਾ। ਤੇ ਜਿਹੜਾ ਗੁਰੂ ਦਾ ਸਿੱਖ ਆ, ਉਹਨੂੰ ਮਰਿਆਦਾ ਜਿਹੜੀ ਹੈਗੀ ਆ, ਜੋ ਸਾਡੇ ਸਿਧਾਂਤ ਹੈਗੇ, ਉਹ ਫੋਲੋ ਕਰਨੇ ਪੈਣੇ ਆ। ਹੁਣ ਜਿਹੜਾ ਸਰਕਾਰ ਨੂੰ ਇਨਫੋਰਮੇਸ਼ਨ ਕਾਨੂੰਨ ਦੀ ਦਿੰਦਾ ਆ, ਠੀਕ ਹੈ, ਉਹ ਟਾਊਟ ਹੋ ਗਿਆ। ਤੇ ਜੇ ਕੋਈ ਸਿੱਖਾਂ ਦੀ ਇਨਫੋਰਮੇਸ਼ਨ ਕੋਈ ਗਲਤ ਕਿਸੇ ਦੀ ਹੋ ਰਿਹਾ, ਕੋਈ ਗੁਰਦੁਆਰੇ ਦੇ ਵਿੱਚ ਮਰਿਆਦਾ ਦੀ ਲੰਘਣਾ ਹੋ ਰਿਹਾ, ਜੇ ਉਹਦੀ ਕੋਈ ਇਨਫੋਰਮੇਸ਼ਨ ਦਿੰਦਾ ਤੇ ਉਹ ਚੰਗਾ ਹੋ ਗਿਆ। ਬੰਦੇ ਉਹੀ ਹੁੰਦੇ ਆ, ਉਹਨੂੰ ਉਹੀ ਬੰਦਾ ਜਿਹੜਾ ਹੈਗਾ ਧਰਮ ਦਾ ਜਿਹੜਾ ਹੈਗਾ ਬੰਦਾ ਕੰਮ ਕਰ ਰਿਹਾ, ਉਹੀ ਬੰਦਾ ਜਿਹੜਾ ਹੈਗਾ ਸਰਕਾਰ ਲਈ ਕੰਮ ਕਰ ਰਿਹਾ, ਉਹੀ ਬੰਦਾ ਦੇਸ਼ ਲਈ ਕੰਮ ਕਰ ਰਿਹਾ। ਜੇ ਤੁਸੀਂ ਚੰਗੇ ਬਣ ਜਾਓ, ਇਹਨਾਂ ਬੰਦਿਆਂ ਦੀ ਲੋੜ ਪਵੇ ਹੀ ਨਾ, ਸਰਕਾਰ ਨੂੰ ਨਾ ਲੋੜ ਪਵੇ, ਠੀਕ ਹੈ, ਬੰਦੇ ਵਧੀਆ ਹੁੰਦੇ ਆ, ਟਾਊਟ ਜਿਹੜੇ ਹੁੰਦੇ ਆ। ਤੇ ਜੇ ਮੈਂ ਕਹਾਂ ਵੀ ਮੈਨੂੰ ਕੋਈ ਮੌਕਾ ਮਿਲੂਗਾ, ਚਾਹੇ ਇੰਡੀਆ ਦੀ ਗੱਲ ਹੋਵੇ, ਚਾਹੇ ਇੱਥੇ ਅਮਰੀਕਾ ਦੀ ਗੱਲ ਹੋਵੇ, ਜਿਹੜੀ ਵੀ ਚੀਜ਼, ਮਤਲਬ ਇੱਥੇ ਅਮਰੀਕਾ 'ਚ ਤਾਂ ਅਸੀਂ ਕਰਦੇ ਹੀ ਹਾਂ, ਸਾਨੂੰ ਕੁਛ ਵੀ ਕੋਈ ਗਲਤ ਲੱਗੇ ਨਾ, ਅਸੀਂ ਉਸੇ ਵੇਲੇ ਪੁਲਿਸ ਕਾਲ ਕਰਦੇ ਹਾਂ ਵੀ ਆਹ ਚੀਜ਼ ਸਾਨੂੰ ਠੀਕ ਨਹੀਂ ਲੱਗੀ, ਤੁਸੀਂ ਇਨਵੈਸਟੀਗੇਸ਼ਨ ਕਰ ਲਓ, ਪੁਲਿਸ ਆ ਕੇ ਜਿਹੜਾ ਹੈਗਾ ਉਹਨੂੰ ਚੈੱਕ ਕਰ ਲੈਂਦੀ ਹੈ। ਤੇ ਜੇ ਮੈਂ ਇੰਡੀਆ ਵਿੱਚ ਵੀ ਹੋਵਾਂ, ਜਿਹੜੀ ਚੀਜ਼ ਕੋਈ ਮੈਨੂੰ ਗਲਤ ਲੱਗੂਗੀ, ਮੈਂ ਤਾਂ ਪੁਲਿਸ ਕਾਲ ਕਰੂੰਗਾ, ਕੋਈ ਸਾਨੂੰ ਟਾਊਟ ਕਹੀ ਜਾਵੇ, ਕੁਛ ਕਹੀ ਜਾਵੇ। ਭਾਈ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਭੱਜਦੇ ਆ, ਠੀਕ ਹੈ, ਜਿਹੜਾ ਉਹ ਗੱਲ ਕਰਦੇ ਨਾ ਪੰਜਾਬ ਦੀ ਵੀ ਮੈਂ ਵਾਰ ਵਾਰ ਪੰਜਾਬ 'ਚ ਜਨਮ ਲਵਾਂ, ਮੇਰਾ ਮੈਨੂੰ ਪੰਜਾਬ ਸੋਹਣਾ ਲੱਗਦਾ, ਉਹ ਇਸੇ ਕਰਕੇ ਲੱਗਦਾ ਵਾ ਕਿਉਂਕਿ ਪੰਜਾਬ ਦੇ ਵਿੱਚ ਕਾਨੂੰਨ ਜਿਹੜਾ ਹੈਗਾ ਕਾਨੂੰਨ ਨਾਂ ਦੀ ਚੀਜ਼ ਨਹੀਂ ਹੈਗੀ, ਕਾਨੂੰਨ ਨੂੰ ਮੰਨਿਆ ਨਹੀਂ ਜਾਂਦਾ, ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ। ਜੇ ਇੱਥੇ ਤਾਂ ਨਹੀਂ ਸੋਹਣੇ ਲੱਗਦੇ ਦੇਸ਼, ਵਿਦੇਸ਼ ਜਿਹੜੇ ਹੈਗੇ ਉੱਥੇ ਦਿਲ ਕਿਉਂ ਨਹੀਂ ਲੱਗਦਾ ਆਮ ਲੋਕਾਂ ਦਾ?
ਇਸ ਕਰਕੇ ਨੀ ਲੱਗਦਾ ਹੈਗਾ ਵੀ ਇੱਥੇ ਮਨ ਮਰਜ਼ੀਆਂ ਨੀ ਹੁੰਦੀਆਂ ਹੈਗੀਆਂ। ਮਾੜੀ ਜੀ ਕੋਈ ਗੱਲਬਾਤ ਹੁੰਦੀ ਹੈ ਪੁਲਿਸ ਚੱਕ ਲੈਂਦੀ ਹੈ। ਉਹ ਕੈਨੇਡਾ ਦੇ ਵਿੱਚ ਹੀ ਚਲੋ ਗੰਦ ਪੈ ਗਿਆ, ਉੱਥੇ ਬੰਦੇ ਜਿਹੜੇ ਹੈਗੇ ਆਪਣੇ ਜ਼ਿਆਦਾ ਚਲੇ ਗਏ, ਉਹਨਾਂ ਨੇ ਭੇਜ ਹੀ ਦੇਣੇ ਇੰਡੀਆ ਨੂੰ। ਤੇ ਹੁਣ ਇੱਥੇ ਅਮਰੀਕਾ ਦੇ ਵਿੱਚ ਤਾਂ ਸਾਡੇ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ, ਕੋਈ ਵਿਰਲਾ ਵਿਰਲਾ ਆ, ਠੀਕ ਹੈ। ਜੇ ਅਗਲੇ ਪਾਬੰਦੀਆਂ ਲਾ ਕੇ ਰੱਖਣਗੇ ਨਾ ਲੋਕਾਂ ਨੂੰ, ਜਿਹੜਾ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਪਊਗਾ, ਫੇਰ ਹੀ ਦੋ ਦੇਸ਼ ਸੋਹਣੇ ਬਣਨੇ ਆ। ਆਪਣੇ ਵੀ ਆ ਬੇਵਕੂਫ ਲੋਕ ਆ, ਉਹ ਸਿਰੇ ਦੇ ਮੈਂ ਕਹਿੰਦਾ ਵੀ ਬੇਅਕਲ ਮੰਦ ਬੁੱਧੀ ਲੋਕ ਜਿਹੜੇ ਕਹਿੰਦੇ ਭਾਈ ਵੀ ਆ ਜਿਹੜੇ ਟੋਟ ਆ ਇਹ ਜੀ ਗਲਤ ਆ ਜੀ, ਉਹ ਇੱਦਾਂ ਆ, ਇਹਨਾਂ ਬੇਵਕੂਫਾਂ ਨੇ ਕਦੇ ਬਾਹਰ ਨਿਕਲ ਕੇ ਨੀ ਦੇਖਿਆ। ਬਾਹਰ ਆ ਕੇ ਮਾੜੀ ਜੀ ਕੋਈ ਗਲਤੀ ਕਰਕੇ ਦੇਖਿਓ, ਕੋਈ ਵੀ ਹੋਵੇ ਉਹਨੇ ਨਾਲ ਹੀ ਪੁਲਿਸ ਕੋਲ ਕਰ ਦੇਣੀ ਤੇ ਨਾਲ ਹੀ ਤੁਹਾਨੂੰ ਚੁਕਾ ਦੇਣਾ, ਠੀਕ ਹੈ। ਇੰਡੀਆ ਦੇ ਵਿੱਚ ਵੀ ਜੇ ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ, ਜਿਹੜਾ ਕੰਮ ਗਲਤ ਹੋ ਰਿਹਾ ਕਾਨੂੰਨ ਦੇ ਉਲਟ, ਉਹ ਪੁਲਿਸ ਨੂੰ ਦੱਸੇ, ਹਰੇਕ ਬੰਦਾ ਹੀ ਟੌਟ ਬਣੇ, ਠੀਕ ਹੈ, ਹਰੇਕ ਬੰਦਾ ਪੁਲਿਸ ਦਾ ਟੌਟ ਬਣੇ, ਇਨਫੋਰਮੇਸ਼ਨ ਜਿਹੜੀ ਹੈਗੀ ਪੁਲਿਸ ਨੂੰ ਦੇਵੇ, ਤੇ ਆਪਣਾ ਪੰਜਾਬ, ਆਪਣੇ ਸ਼ਹਿਰ, ਆਪਣੇ ਪਿੰਡ ਸੋਹਣੇ ਬਣ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।